ਅੱਜ ਅਰਲੀ ਮਾਰਨਿੰਗ ਜਿਹੜੀ ਹੈ CIA ਦੀ ਟੀਮਾਂ ਨੇ ਜਿਹੜੇ ਇੰਡੀਅਨ ਆਇਲ ਦੇ ਡਿਪੂ ਨੇ ਉਹਨਾਂ ਦੇ ਆਸੇ ਪਾਸੇ ਡਾਬੇ ਨੇ ਉੱਥੇ ਸਰਚ ਕੀਤੀ ਗਈ ਸੀ ਅਤੇ ਸਰਚ ਦੇ ਦੌਰਾਨ ਚੋਰੀ ਦੇ ਡੀਜ਼ਲ ਜਿਹੜਾ ਹੈ ਉਹਨਾਂ ਨੇ ਸਟੋਰ ਕੀਤਾ ਹੋਇਆ ਸੀ ਅਤੇ ਉਹ ਬਰਾਮਦ ਕੀਤਾ ਹੈ। ਉਹਦੇ ਸੰਬੰਧੀ CIA ਸਟਾਫ 1 ਵੱਲੋਂ 3 ਅਤੇ CIA ਸਟਾਫ 2 ਵੱਲੋਂ 1 FIR ਰਜਿਸਟਰ ਕੀਤੀ ਗਈ ਹੈ। ਟੋਟਲ ਇਹਦੇ ਵਿੱਚ 4 ਦੋਸ਼ੀ ਨੇ ਅਤੇ 400 ਲੀਟਰ ਦੇ ਕਰੀਬ ਡੀਜ਼ਲ ਬਰਾਮਦ ਹੋਇਆ ਹੈ। ਕਿੱਥੋਂ ਕੱਢਦੇ ਸਰ ਇਹ ਡੀਜ਼ਲ? ਇਹ ਇਹ ਟਰੱਕਾਂ ਚੋਂ ਹੀ ਕੱਢਦੇ ਸੀ, ਹਜੇ ਤੱਕ ਤਾਂ ਆਹੀ ਗੱਲ ਸਾਹਮਣੇ ਆਈ ਹੈ ਕਿ ਇਹ ਟਰੱਕਾਂ ਚੋਂ ਕੱਢਦੇ ਸੀ। ਕਹਾਂ ਕਿੰਨੇ ਦਾ ਵੇਚਦੇ ਸੀ? ਉਹ ਸਾਰਾ ਹਜੇ ਅਸੀਂ ਇਹਨਾਂ ਦੀ ਪੁੱਛਗਿੱਛ ਦੌਰਾਨ ਵੈਰੀਫਾਈ ਕਰਕੇ ਤੁਹਾਨੂੰ ਦੱਸਣਾ। ਇਹਨਾਂ ਨੂੰ ਹੁਣ ਅਸੀਂ ਪੇਸ਼ ਕਰਨ ਲੱਗੇ ਹਾਂ ਜੱਜ ਸਾਹਿਬ ਦੇ ਸਾਹਮਣੇ, ਫਿਰ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਦੀ ਜਿਹੜੀ ਤਫਤੀਸ਼ ਹੈ ਉਹ ਸਾਰੀ ਅਮਲ 'ਚ ਲਿਆਵਾਂਗੇ। ਸਰ, ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਹੈ ਤੇ ਨਸ਼ਾ ਵੇਚਣ ਵਾਲੇ ਵਿਅਕਤੀ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਹੈਗੇ ਉਹਨਾਂ ਦੇ ਖਿਲਾਫ ਸਾਡੀ ਲਗਾਤਾਰ ਜਿਹੜੇ ਹੈ ਉਹ ਮੁਹਿੰਮ ਜਾਰੀ ਹੈ। ਅਸੀਂ ਪਿਛਲੇ ਕੁਝ ਦਿਨਾਂ 'ਚ ਕਾਫੀ ਸਾਰੇ ਲੁੱਟਾਂ ਖੋਹਾਂ ਕਰਨ ਵਾਲੀ ਗੈਂਗਸ ਜਿਹੜੀ ਹੈ ਉਹ ਫੜੀ ਵੀ ਹੈਗੀ ਹੈ। ਕਨਾਲ ਕਲੋਨੀ ਵੀ FIR ਰਜਿਸਟਰ ਹੋਈ ਹੈ, ਕੋਤਵਾਲੀ ਵੀ FIR ਰਜਿਸਟਰ ਹੋਈ ਹੈ। ਉਸ ਤੋਂ ਪਹਿਲਾਂ CIA ਸਟਾਫ ਨੇ ਵੀ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਫੜੀ ਸੀ ਤੇ ਉਹਨਾਂ ਨੂੰ ਆਹੀ ਮੈਸੇਜ ਹੈ ਕਿ ਬਈ ਕ੍ਰਾਈਮ ਕਰਨ ਵਾਲਿਆਂ ਦੇ ਖਿਲਾਫ ਸਾਡੀ ਜਿਹੜੀ ਹੈ ਸਖਤੀ ਪੂਰੀ ਆਉਣ ਵਾਲੇ ਇਸ ਸਾਲ ਦੇ ਵਿੱਚ ਵੀ ਪੂਰੀ ਜਿਹੜੀ ਹੈ ਉਹ ਜਾਰੀ ਰਹੂਗੀ। ਕਿਉਂਕਿ ਦੇਖੋ, ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ 'ਚ ਕਾਫੀ ਜਿਹੜੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰ, ਤੇ ਬਠਿੰਡਾ ਵਾਸੀਆਂ 'ਚ ਕਾਫੀ ਜਿਹੜਾ ਰੋਸ ਹੈ ਤੇ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ। ਸਰ, ਸਾਡੀ PCR ਜਿਹੜੀ ਹੈ ਉਹ 24/7 ਐਕਟਿਵ ਨੇ। ਉਸ ਤੋਂ ਇਲਾਵਾ ਸਾਡੇ ਨਾਕੇ ਵੀ ਚੱਲਣ ਰਹੇ ਹੈ। ਅਸੀਂ ਕਾਫੀ ਐਫਰਟਸ ਕਰਨ ਰਹੇ ਹਾਂ ਜਿਹੜੀ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਾ ਹੋਣ, ਜਿਹੜੀਆਂ ਵਾਰਦਾਤਾਂ ਹੋਣ ਰਹੀ ਹੈ ਉਹ ਵੀ ਅਸੀਂ ਟਰੇਸ ਕਰਨ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿੰਨੀਆਂ ਵੀ ਵਾਰਦਾਤਾਂ ਹੋਈ ਹੈ ਉਹਨਾਂ ਨੂੰ ਅਸੀਂ ਟਰੇਸ ਕਰਨ ਦੀ ਪੂਰੇ ਐਫਰਟਸ ਕਰਨ ਰਹੇ ਹਾਂ। ਉਹਨਾਂ ਨੂੰ ਅਸੀਂ ਜਲਦੀ ਟਰੇਸ ਕਰ ਲਵਾਂਗੇ ਤੇ ਸਾਡਾ ਮੇਨ ਫੋਕਸ ਆਹੀ ਹੈ SSP ਸਾਹਿਬ ਦੇ ਹਦਾਇਤਾਂ ਅਨੁਸਾਰ ਕਿ ਜਿਹੜਾ ਕ੍ਰਾਈਮ ਹੈ ਲੁੱਟਾਂ ਖੋਹਾਂ ਤੇ ਚੋਰੀਆਂ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾਏ। ਉਹਦੇ ਲਈ ਸਾਡੀ PCR ਟੀਮਾਂ ਥਾਣੇ ਦੀਆਂ ਗਸ਼ਤ ਪਾਰਟੀਆਂ ਸਾਰੀਆਂ ਅਲਰਟ ਨੇ ਤੇ ਜਲਦੀ ਅਸੀਂ ਜਿਹੜੀ ਹੈ ਚੋਰੀ ਤੇ ਲੁੱਟ ਖੋਹ ਦੀ ਜਿਹੜੀ ਹੈ ਘਟਨਾਵਾਂ ਹੋ ਰਹੀ ਹੈ ਇਹਨਾਂ ਨੂੰ ਔਰ ਇਹਨਾਂ ਤੇ ਠੱਲ ਪਾਵਾਂਗੇ। ਸਰ, ਇੱਕ ਥਾਣਿਆਂ 'ਚ ਜਿਹੜਾ ਆਮ ਵਿਅਕਤੀ ਜਾਂਦਾ ਹੈਗਾ ਕੋਈ ਆਪਦੀ ਕੰਪਲੇਂਟ ਲੈ ਕੇ ਜਾਂ ਕੁਛ ਉਹਦੇ ਨਾਲ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਸਹੀ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ, ਕਾਫੀ ਵਿਅਕਤੀਆਂ ਨਾਲ ਉਹਨੂੰ ਟ੍ਰੀਟ ਕੀਤਾ ਨਹੀਂ ਜਾਂਦਾ ਸਹੀ, ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਥਾਣਿਆਂ 'ਚ ਜਿਹੜੇ ਅਫਸਰ ਬੈਠੇ ਹੈਗੇ ਆ ਜਾਂ ਤੁਹਾਡੇ ਮੁਲਾਜ਼ਮ ਬੈਠੇ ਆ? ਅਸੀਂ ਤਾਂ ਜਿੰਨਾ ਵੀ ਸਟਾਫ ਹੈਗਾ ਜ਼ਿਲ੍ਹੇ ਦਾ ਸਾਰਿਆਂ ਨੂੰ ਵਾਰੀ ਵਾਰੀ ਜਨਰਲ ਪਰੇਡ ਵੀ ਹੁੰਦੀ ਹੈ, ਇੱਥੇ ਕ੍ਰਾਈਮ ਮੀਟਿੰਗਾਂ ਵੀ ਹੁੰਦੀ ਹੈ। ਉਹਦੇ ਵਿੱਚ SSP ਸਾਹਿਬ ਵੱਲੋਂ ਸਾਰੇ ਅਫਸਰਾਂ ਵੱਲੋਂ ਆਹੀ ਹਦਾਇਤਾਂ ਹੈ ਕਿ ਪਬਲਿਕ ਦੇ ਨਾਲ ਆਪਣਾ ਵਤੀਰਾ ਜਿਹੜਾ ਉਹ ਵਧੀਆ ਰਹੇ। ਫਿਰ ਵੀ ਜਿੱਥੇ ਵੀ ਕੋਈ ਇਦਾਂ ਦੀ ਕੰਪਲੇਂਟ ਆਉਂਦੀ ਹੈ ਕਿ ਪਬਲਿਕ ਦੇ ਨਾਲ ਕੋਈ ਮਿਸਬਿਹੇਵ ਹੋਇਆ ਹੈ ਉਹਦੇ ਖਿਲਾਫ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਉਹ ਲਿਆ ਜਾਂਦਾ ਹੈ। ਬਾਕੀ ਸਾਡੇ ਵੱਲੋਂ ਆਹੀ ਵਾਰੀ ਵਾਰੀ ਹਦਾਇਤ ਹੈਗੀ ਹੈ ਕਿ ਵੀ ਪਬਲਿਕ ਦੇ ਨਾਲ ਵਤੀਰਾ ਚੰਗਾ ਰਹੇ ਤੇ ਹਿਊਮਿਲਿਟੀ ਤੇ ਕਰਟਸੀ ਹੋਣੀ ਚਾਹੀਦੀ ਹੈ।